ਹਨੇਰਿਆਂ ਤੋਂ ਦੂਰ ਉਜਾਲੇ ਵੱਲ ਚੱਲੀਏ, ਉਦਾਸੀ ਹੈ ਇੱਥੇ ਕਿਤੇ ਮੇਲੇ ਵੱਲ ਚੱਲੀਏ। ਬਾਗ ਬਹਾਰਾਂ ਵੀ ਵੇਖੀਆਂ ਅਸੀਂ, ਚੰਨ ਤਾਰੇ ਵੀ ਵੇਖੇ। ਆਓ ਅੱਜ ਇੱਕ ਹੋਰ ਨਜ਼ਾਰੇ ਵੱਲ ਚੱਲੀਏ, ਆਓ ਅੱਜ ਇੱਕ ਹੋਰ ਨਜ਼ਾਰੇ ਵੱਲ ਚੱਲੀਏ। ਅਨਮੋਲ ਵਿਰਸਾ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਅਜਿੰਦਰ ਵੱਲੋਂ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਅਦਾਬਸ। ਪਿਆਰੇ ਦਰਸ਼ਕੋ, ਅੱਜ ਤੋਂ ਅਸੀਂ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ, ਜਿਸ ਦਾ ਨਾਮ ਹੈ ਅਨਮੋਲ ਵਿਰਸਾ। ਇਸ ਪ੍ਰੋਗਰਾਮ ਦੇ ਵਿੱਚ ਪੰਜਾਬੀ ਸੱਭਿਆਚਾਰ ਦੇ ਰੰਗ ਬਿਰੰਗੇ ਗੁਲਦਸਤੇ ਦੇ ਵਿੱਚੋਂ ਹਰ ਹਫ਼ਤੇ ਇੱਕ ਫੁੱਲ ਤੁਹਾਡੀ ਨਜ਼ਰ ਕੀਤਾ ਜਾਵੇਗਾ। ਦਰਸ਼ਕੋ, ਅਸੀਂ ਸਾਰੇ ਬਹੁਤ ਖੁਸ਼ ਨਸੀਬ ਹਾਂ ਕਿ ਸਾਨੂੰ ਪੰਜਾਬੀ ਵਿਰਸੇ ਦੀ ਅਨਮੋਲ ਦੌਲਤ ਮਿਲੀ ਹੋਈ ਹੈ। ਕਿੱਥੋਂ ਸ਼ੁਰੂ ਕਰੀਏ ਸੋਚਣਾ ਮੁਸ਼ਕਿਲ ਹੈ। ਵਿਰਾਸਤ ਦੇ ਵਿੱਚ ਮਿਲੇ ਜਿਸ ਅਨਮੋਲ ਤੋਹਫ਼ੇ ਦੀ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ, ਉਸ ਬਿਨਾਂ ਭਾਵੇਂ ਮੁਟਿਆਰਾਂ ਦਾ ਗਿੱਧਾ ਹੋਵੇ, ਜੋੜੇ ਵਿੱਚ ਸੱਜੀ ਪਿਆਰੀ ਦੁਲਹਨ ਹੋਵੇ, ਜਾਂ ਹੋਰ ਕੋਈ ਵੀ ਮੌਕਾ ਹੋਵੇ, ਪੰਜਾਬਣਾਂ ਦਾ ਸ਼ਿੰਗਾਰ ਪੂਰਾ ਨਹੀਂ ਹੋ ਸਕਦਾ। ਵਿਰਾਸਤ ਦੇ ਵਿੱਚ ਮਿਲੀ ਇਸ ਨਿਆਮਤ ਦਾ ਨਾਮ ਹੈ ਪਰਾਂਦੀ। ਪਰਾਂਦੀ ਜਾਂ ਪਰਾਂਦੇ ਦਾ ਚੱਲਣ ਉਨਾ ਹੀ ਪੁਰਾਣਾ ਹੈ ਜਿੰਨਾ ਸਾਡਾ ਸੱਭਿਆਚਾਰ। ਪੁਰਾਣੇ ਸਮੇਂ ਦੇ ਵਿੱਚ ਔਰਤਾਂ ਦਾ ਚੂੜੀਆਂ, ਟਿੱਕਾ, ਹਾਰ, ਨੱਥ ਆਦਿ ਗਹਿਣੇ ਪਾਉਣ ਦਾ ਰਿਵਾਜ਼ ਸੀ। ਉਸ ਸਮੇਂ ਦੀਆਂ ਔਰਤਾਂ ਸਿਰ ਨੂੰ ਸਜਾਉਂਦੀਆਂ ਸਨ, ਲੇਕਿਨ ਸਿਰ ਢੱਕਣ ਦੇ ਨਾਲ ਉਹਨਾਂ ਦਾ ਸਿਰ ਦਾ ਸ਼ਿੰਗਾਰ ਛੁੱਪ ਜਾਂਦਾ ਸੀ। ਇਸ ਲਈ ਗੁੱਦ ਦੇ ਨਾਲ ਪਰਾਂਦੀ ਪਾਉਣ ਦਾ ਚੱਲਣ ਸ਼ੁਰੂ ਹੋਇਆ। ਸ਼ੁਰੂਆਤੀ ਦੌਰ ਦੇ ਵਿੱਚ ਕੁੜੀਆਂ ਨੇ ਵਾਲਾਂ ਨੂੰ ਧਾਗੇ ਦੇ ਨਾਲ ਬੰਨਣਾ ਸ਼ੁਰੂ ਕੀਤਾ, ਫਿਰ ਇਸ ਨੂੰ ਸ਼ਿੰਗਾਰ ਦੇ ਸਾਜੋ ਸਮਾਨ ਦੇ ਵਿੱਚ ਬਦਲ ਦਿੱਤਾ, ਫਿਰ ਸਮੇਂ ਦੇ ਨਾਲ ਨਾਲ ਇਸ ਨੂੰ ਹੋਰ ਆਕਰਸ਼ਕ ਬਣਾਇਆ ਜਾਣ ਲੱਗ ਪਿਆ ਅਤੇ ਇਸ ਦੇ ਨਾਲ ਹੀ ਰੰਗਦਾਰ ਧਾਗਿਆਂ, ਜ਼ਰੀ, ਕੋਟੇ, ਫੁੰਮਣ ਆਦਿ ਦੇ ਨਾਲ ਸਜਾਉਣਾ ਸ਼ੁਰੂ ਕਰ ਦਿੱਤਾ ਅਤੇ ਅੰਤ ਵਿੱਚ ਇਸ ਸੰਗਮ ਨੂੰ ਪਰਾਂਦੇ ਦਾ ਨਾਮ ਦਿੱਤਾ ਗਿਆ। ਅੱਜ ਇਹ ਕਿਸੇ ਵੀ ਪੰਜਾਬਣ ਦੀ ਗੁੱਦ ਦੀ ਸ਼ੋਭਾ ਵਧਾਉਂਦਾ ਵੇਖਿਆ ਜਾ ਸਕਦਾ ਹੈ। ਪੰਜਾਬੀ ਗੀਤਾਂ ਅਤੇ ਤਸਵੀਰਾਂ ਦਾ ਇੱਕ ਅਹਿਮ ਹਿੱਸਾ ਹੈ ਅੱਜ ਦੀ ਪਰਾਂਦੀ। ਪਰਾਂਦੀ ਦੇ ਆਕਰਸ਼ਣ ਤੋਂ ਸਾਡੇ ਗੀਤਕਾਰ ਵੀ ਮੋਹਿਤ ਹੋਏ ਬਿਨਾਂ ਨਾ ਰਹਿ ਸਕੇ। ਇਸ ਦੀ ਵਿਲੱਖਣਤਾ, ਚਮਕ ਦਮਕ ਨੂੰ ਦੇਖਦੇ ਹੋਏ ਸਾਡੇ ਗੀਤਕਾਰਾਂ ਨੇ ਇਸ ਨੂੰ ਆਪਣੇ ਗੀਤਾਂ ਦੇ ਵਿੱਚ ਖਾਸ ਸਥਾਨ ਦਿੱਤਾ ਹੈ। ਕਾਲੇ ਗੁੱਤ ਅਤੇ ਲਾਲ ਪਰਾਂਦੇ ਦੇ ਸੰਗਮ ਦੀ ਗੱਲ ਸਿਰਫ ਪੰਜਾਬੀ ਗੀਤਾਂ ਅਤੇ ਫਿਲਮਾਂ ਦੇ ਵਿੱਚ ਹੀ ਨਹੀਂ, ਬਲਕਿ ਹਿੰਦੀ ਫਿਲਮਾਂ ਦੇ ਵਿੱਚ ਵੀ ਬਖੂਬੀ ਕੀਤੀ ਗਈ ਹੈ। ਦਰਸ਼ਕੋ, ਇੱਕ ਸਮਾਂ ਸੀ ਜਾਂ ਪਰਾਂਦੀ ਅਲੋਪ ਹੁੰਦੀ ਨਜ਼ਰ ਆ ਰਹੀ ਸੀ, ਪਰ ਹੁਣ ਇਸ ਦਾ ਚਲਨ ਫਿਰ ਹੋ ਗਿਆ ਹੈ। ਇਸ ਚਲਨ ਦੇ ਦੋ ਫਾਇਦੇ ਵੇਖਣ ਦੇ ਵਿੱਚ ਮਿਲੇ ਹਨ। ਇੱਕ ਤਾਂ ਸਾਡੇ ਵਿਰਸੇ ਦੀ ਲੁਪਤ ਹੁੰਦੀ ਪ੍ਰਥਾ ਫਿਰ ਤੋਂ ਸਾਡੇ ਸਾਹਮਣੇ ਆ ਗਈ, ਅਤੇ ਦੂਸਰਾ, ਖੂਬਸੂਰਤੀ ਨੂੰ ਚਾਰ ਚੰਦ ਲਗਾਉਣ ਵਾਲੀ ਪਰਾਂਦੀ ਅਲੋਪ ਹੋਣ ਤੋਂ ਬਚ ਗਈ। ਇਸ ਤਰ੍ਹਾਂ ਜਾਪਦਾ ਹੈ ਕਿ ਪੰਜਾਬੀਆਂ ਨੂੰ ਵਿਰਸੇ ਦੇ ਵਿੱਚ ਮਿਲੀ ਪਰਾਂਦੀ ਦਾ ਸਾਰੀ ਦੁਨੀਆ ਦੇ ਵਿੱਚ ਕੋਈ ਮੇਲ ਨਹੀਂ। ਪਿਆਰੇ ਦਰਸ਼ਕੋ, ਉਮੀਦ ਹੈ ਤੁਹਾਨੂੰ ਅੱਜ ਦੀ ਪੇਸ਼ਕਸ਼ ਜ਼ਰੂਰ ਪਸੰਦ ਆਈ ਹੋਵੇਗੀ। ਅਗਲੇ ਹਫ਼ਤੇ ਫਿਰ ਮਿਲਣ ਦਾ ਵਾਅਦਾ ਕਰਦੇ ਹੋਏ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ।